बड़े सुल्तान के तेरी क्या औकात है बंदे, कुछ भी नहीं है तू। अल्लाहु अल्लाहु बंदे हरदम अल्लाहु, अल्लाहु अल्लाहु बंदे हरदम अल्लाहु। और तेरा मेरा जीवन जैसे चलते फिरते साए, जू जू बढ़ती जाए उमरिया जीवन घटता जाए, मौत खड़ी है सर पर तेरे, मौत खड़ी है सर पर तेरे, जाने कब आ जाए। एक सांस का पंछी है तू, कौन तुझे समझाए। रह जाएगा पिंजरा खाली, उड़ जाएगी रूह। अल्लाहु अल्लाहु बंदे हरदम अल्लाहु, कह दे हरदम अल्लाहु। अल्लाहु बाकी मिन कुल्ली फानी, अल्लाहु बाकी सबसे पहले कलमा शरीफ का जिक्र होगा, सारे दोस्त मेरा साथ दीजिएगा। पढ़ो ला खिलार गए ने, साड़ी महफिल आका शंगार गए ने। मैनू इंज प्या लगदा ए यारो, जिवें लग के हुणे सरकार गए ने। सोना लगे चंगा लगे सुभान अल्लाह क्या करो, आखो हाँ सुभान अल्लाह। सोना मदीने वाला दुखियां दा आसरा है, सोने दा नाम सोना हर मर
ਦੀ ਦਵਾਏ ਸੋਹਣਾ ਮਦੀਨੇ ਵਾਲਾ ਦੁਖੀਆਂ ਦਾ ਆਸਰਾਏ ਬੈਠੇ ਨੇ ਵਿੱਚ ਮਦੀਨੇ ਸੁਣਦੇ ਨੇ ਸਭ ਦੀ ਬੋਲੀ ਮੰਗਦਾ ਜੋ ਆਪ ਕੋਲੋਂ ਭਰਦੇ ਨੇ ਆਪ ਝੋਲੀ ਦਰ ਦਰ ਤੇ ਉਹ ਨਾ ਜਾਵੇ ਸੋਹਣੇ ਦਾ ਜੋ ਗਦਾਏ ਸੋਹਣਾ ਮਦੀਨੇ ਵਾਲਾ ਦੁਖੀਆਂ ਦਾ ਆਸਰਾਏ ਸੋਹਣਾ ਮਦੀਨੇ ਵਾਲਾ ਦੁਖੀਆਂ ਦਾ ਆਸਰਾਏ ਔਰ ਆਖਰੀ ਸ਼ੇਰ ਕੇ ਨਾਮੇ ਨਬੀ ਦਾ ਰੱਖਿਆ ਅੱਲਾ ਨੇ ਖੁਦ ਖਿਆਲੇ ਅਜ਼ਾਨਾਂ ਵਿੱਚ ਵੀ ਨਾਲੇ ਨਮਾਜ਼ਾਂ ਵਿੱਚ ਵੀ ਨਾਲੇ ਅਜ਼ਾਨਾਂ ਵਿੱਚ ਵੀ ਨਾਲੇ ਨਮਾਜ਼ਾਂ ਵਿੱਚ ਵੀ ਨਾਲੇ ਰੱਬ ਇਸ ਤੋਂ ਜੁਦਾ ਨਹੀਂ ਰੱਬ ਤੋਂ ਨਾ ਇਹ ਜੁਦਾ ਸੋਹਣਾ ਮਦੀਨੇ ਵਾਲਾ ਦੁਖੀਆਂ ਦਾ ਆਸਰਾ ਸਦਕ ਅੱਲਾਹ ਮੌਲਾਨਾ ਨਜ਼ੀਮ ਹਰ ਕਿਸਮ ਕੀ ਹਮਦ ਓ ਸਨਾ ਅੱਲਾਹ ਜੱਲਾ ਜਲਾਲ ਲਹੂ ਕੇ ਲੀਏ ਹੈ ਹਰ ਕਿਸਮ ਕੀ ਤਾਰੀਫਾਤ ਤਮਹੀਦਾਤ ਕਲਮਾਤ ਅੱਲਾਹ ਕੇ ਲੀਏ ਜਿਸਨੇ ਹਮਕੋ ਮਕਬੂਸ ਪਰ ਪੈਦਾ ਫਰਮਾਇਆ ਜਿਸਨੇ ਹਮਾਰੀ ਆਂਖੋਂ ਕੋ ਬਨਾਇਆ ਇਸਮੇ ਨੂਰ ਪੈਦਾ ਕੀਆ ਜਿਸਨੇ ਹਮਕੋ ਕਾਨ ਦੀਏ ਜਿਸਮੇ ਸਮਾਤ ਕੋ ਪੈਦਾ ਕੀਆ ਜਿਸਨੇ ਮੇਂ ਦਿਮਾਗ ਦੀਆ ਜਿਸਨੇ ਖੈਰਾਤ ਕੋ ਬਹਾਇਆ ਔਰ ਜਿਸਨੇ ਦਿਲ ਕੋ ਬਨਾਇਆ ਉਸਨੇ ਮੁਹੰਮਦ ਮੁਸਤਫਾ ਕੀ ਮੁਹੱਬਤ ਕੋ ਬਨਾਇਆ ਸੱਲੱਲਾਹੁ ਅਲੈਹਿ ਵਸੱਲਮ ਉਸਕੇ ਬਾਅਦ ਲਾਖੋਂ ਦਰੂਦ ਓ ਸਲਾਮ ਇਮਾਮ ਉਲ ਹੁਦਾ ਇਮਾਮ ਰਸੂਲੁੱਲਾਹ ਜਨਾਬ ਮੁਹੰਮਦ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੀ ਜ਼ਾਤ ਅਕਦਸ ਪਰ ਜਿਨਕਾ ਨਾਮ ਹਜ਼ਾਰੋਂ ਸਾਲ ਕਬਲ ਵੀ ਥਾ ਜਬ ਕੁਛ ਨਾ ਥਾ ਉਸ ਵਕਤ ਵੀ ਥਾ ਔਰ ਜਬ ਕੁਛ ਨਾ ਹੋਗਾ ਉਸ ਵਕਤ ਵੀ ਮੇਰੇ ਮੁਹੰਮਦ ਕਾ ਨਾਮ ਹੋਗਾ ਸੱਲੱਲਾਹੁ ਅਲੈਹਿ ਵਸੱਲਮ ਬੁਖਾਰੀ ਸ਼ਰੀਫ ਕੇ ਅੰਦਰ ਹਦੀਸ ਮੌਜੂਦ ਹੈ ਮੇਰੇ ਆਕਾ ਨੇ ਫਰਮਾਇਆ ਅੱਲਾਹ ਤਾਲਾ ਨੇ ਜ਼ਮੀਨ ਓ ਅਸਮਾਨ ਕੋ ਬਣਾਨੇ ਸੇ ਪਹਿਲੇ 2000 ਸਾਲ ਪਹਿਲੇ ਅਰਵਾਹ ਕੋ ਪੈਦਾ ਫਰਮਾਇਆ ਔਰ ਉਨ ਰੂਹੋਂ ਮੇਂ ਰੂਹ ਮੁਹੰਮਦ ਵੀ ਪੈਦਾ ਫਰਮਾਈ ਥੀ ਸੱਲੱਲਾਹੁ ਅਲੈਹਿ ਵਸੱਲਮ ਉਸ ਵਕਤ ਅੱਲਾਹ ਫਰਮਾਤੇ ਹੈ ਦਸਤੋ ਬੇ ਰੱਬੇਕੁਮ ਹਮਨੇ ਆਪਨੇ ਮੈਨੇ ਮੁਸਲਿਮ ਨੇ ਬੁੱਧਿਸਟ ਨੇ ਕ੍ਰਿਸਚਨ ਨੇ ਸਭ ਨੇ ਕਹਾ ਥਾ ਕਾਲੂ ਬਲਾ ਅੱਲਾਹ ਤੂੰ ਏਕ ਹੈ ਹਮ ਭੁੱਲ ਗਏ ਹੈ ਯਹਾਂ ਪੇ ਆ ਕਰ ਹਮ ਅੱਲਾਹ ਕੋ ਭੁੱਲ ਗਏ ਅੱਲਾਹ ਇਸਲਾਮ ਕਾ ਮੈਸੇਜ ਕਿਆ ਹੈ ਮੈਸੇਜ ਆਫ ਇਸਲਾਮ ਅੱਲਾਹ ਇਜ਼ ਵਨ ਗੋਡ ਇਜ਼ ਵਨ ਨੋਟ ਸੈਕਿੰਡ ਅੱਲਾਹ ਨੋਟ ਗੋਡ ਸੈਕਿੰਡ ਗੋਡ ਐਂਡ ਨੋਟ ਗੋਡ ਆਫ ਮੁਹੰਮਦ ਈਸਾ ਸੱਲੱਲਾਹੁ ਅਲੈਹਿ ਵਸੱਲਮ ਈਸਾ ਅਲੀ ਇਸਲਾਮ ਮੈਸੇਜ ਓਨਲੀ ਗੋਡ ਫਾਰ ਵਨ ਬੁੱਧਿਸਟ ਮਹਾਤਮਾ ਗੌਤਮ ਬੁੱਧ ਬੁੱਧਿਸਟ ਨੋਬਲ ਪਰਸਨ ਸੈਂਡ ਟੂ ਮੈਸੇਜ ਓਨਲੀ ਗੋਡ ਇਜ਼ ਵਨ ਆਲ ਨੋਬਲ ਪਰਸਨ ਇਨ ਦੀ ਵਰਲਡ ਸੈਂਡ ਮੀ ਸੈਂਡ ਟੂ ਮੈਸੇਜ ਆਲ ਪੀਪਲਸ ਆਫ ਵਰਲਡ ਓਨਲੀ ਗੋਡ ਇਜ਼ ਵਨ ਐਂਡ ਮਾਈ ਅਵਰ ਪ੍ਰੋਫਿਟ ਇਜ਼ ਵਨ ਸੱਲੱਲਾਹੁ ਅਲੈਹਿ ਵਸੱਲਮ ਹਮਾਰਾ ਕਿਆ ਹੈ ਅੱਲਾਹ ਵੋ ਕਿਆ ਹੈ ਹਮ ਯਹਾਂ ਪੇ ਆਏ ਹੈ ਆਪਣੇ ਬੱਚੋਂ ਕੋ ਛੋੜ ਕੇ ਆਏ ਹੈ ਆਪਣੇ ਮਾਂ ਬਾਪ ਕੋ ਛੋੜ ਕੇ ਆਏ ਹੈ ਆਪਣੇ ਮਾਂ ਕੋ ਛੋੜ ਕੇ ਆਏ ਹੈ ਮੇਰੀ ਮਾਂ ਨਹੀਂ ਹੈ ਮੇਰਾ ਬਾਪ ਘਰ ਮੇਂ ਮੌਜੂਦ ਹੈ ਲੇਕਿਨ ਮੇਰੀ ਮਾਂ ਮੇਰਾ ਰਾਸਤਾ ਦੇਖਣੇ ਵਾਲੀ ਮੌਜੂਦ ਨਹੀਂ ਹੈ ਜੋ ਮੁਝੇ ਦੇਖੇ ਕਿ ਮੇਰਾ ਬੇਟਾ ਮੇਰੇ ਪਿੱਛੇ ਆਤਾ ਹੈ ਮੇਰੇ ਬੱਚੇ ਫੋਨ ਕਰਤੇ ਹੈ ਪਾਪਾ ਕਮਨ ਕਮੀਨ ਕਮੀਨ ਆ ਜਾਓ ਮੇਰੀ ਬੀਵੀ ਕਹਿਤੀ ਹੈ ਦੋ ਦਿਨ ਠਹਿਰ ਜਾਏ ਥੋੜੇ ਜਿਹੇ ਔਰ ਪੈਸੇ ਕਮਾ ਲੈਣਾ ਬਹਿਣ ਕੀ ਸ਼ਾਦੀ ਕਰਨੀ ਹੋਗੀ ਭਾਈ ਕੀ ਸ਼ਾਦੀ ਕਰਨੀ ਹੋਗੀ ਬਾਪ ਵੀ ਕਹਿਤਾ ਠੀਕ ਹੈ ਬੇਟੇ ਕੇ ਪੈਸੇ ਆਤੇ ਹੈ ਲੇਕਿਨ ਬਗੈਰ ਬੇਲੋਸ ਕਿਸੀ ਕੀ ਮੁਹੱਬਤ ਹੈ ਤੋ ਮਾਂ ਕੀ ਔਰ ਮੇਰੀ ਮਾਂ ਕੇ ਲਈ ਵੀ ਦੁਆ ਕੀਜੀਏਗਾ ਮੇਰੀ ਮਾਂ 12 ਸਾਲ ਪਹਿਲੇ 17 ਅਪ੍ਰੈਲ ਕੋ ਫੌਤ ਹੋਈ
मेरा दिल जख्मी है, इसी जख्मी दिल की वजह से मैंने अपने भाई की याद में इस प्रोग्राम को मुनक्किद किया है। उसको मुहासिन मौतकुम वकफुवन मसाबीहिम, मेरे महबूब ने फरमाया तुम अपने मुर्दों के मुहासिन को बयान करो। इस रवायत को बुखारी ने बयान किया, इस रवायत को सुनन नसाई में बयान किया गया है। कहने को बहुत कुछ है, सबसे बड़ी बात मैं मशकूर हूँ, वी आर वेरी थैंक्सफुल टू कंपनी हेड फॉर दिस प्रोग्राम। मैं बहुत मशकूर हूँ, हम बहुत मशकूर हैं दिस कंपनी अवर प्राउड बिफोर बिकॉज दिस इज माई वर्क। आई लव मलेशिया, माई मलेशिया इज माई सेकेंड होम। प्लीज दुआ टू मी, प्लीज दुआ टू माई कजन शहद मुगल, वस्सलाम, प्लीज दुआ। اللهم صل على محمد وعلى ال محمد كما صليت على ابراهيم وعلى ال ابراهيم انك حميد مجيد اللهم بارك على محمد وعلى ال محمد كما باركت على ابراهيم وعلى ال ابراهيم انك حميد مجيد ربنا ظلمنا انفسنا وان لم تغفر لنا وترحمنا لنكونن من الخاسرين ربنا لا تؤاخذنا ان نسينا واخطانا ربنا ولا تحمل علينا اصرا كما حملته على الذين من قبلنا ربنا ولا تحملنا ما لا طاقة لنا به واعفو عنا واغفر لنا وارحمنا انت مولانا فانصرنا على القوم الكافرين हमारी रहमत हमारे गुनाह को माफ फरमा। या अल्लाह जो भूल लगजिश जानबूझ कर की गई, या अल्लाह यह जानबूझ कर यह झूठे से हो गई, या अल्लाह उसको माफ फरमा। या अल्लाह क़यामत वाले दिन अपने आगे खड़ा होने से महफूज फरमा। या अल्लाह हम यहाँ किसी एक फौज के आगे खड़े नहीं हो सकते, या अल्लाह तेरी इतनी जलालुल कदर वाली शख्सियत, या अल्लाह तू इतना जलीलुल कदर, हम तेरे आगे किस तरह खड़े होंगे, या अल्लाह हम तेरे महबूब के आगे किस तरह खड़े होंगे, या अल्लाह अपने रहमत से माफ फरमा। ज्यादा हम सब को हमारे अगली जो हमारे बच्चों को माफ़ फरमा, ज्यादा जो हमारे आने वाले ईमान के मुँह से नजर फरमा, ज्यादा मेरी वालिदा की कब्र पे करोड़ों रहमत नाज़िल फरमा, या उसके बाद जैन दुनिया से चले गए हैं, ज्यादा उनके रहमत नाज़िल फरमा। ज्यादा जिन बहन भाइयों ने ये प्रोग्राम मुनक्किद किया है, ज्यादा उनके घरों को बरकत से माला माल फरमा। सल्लल्लाहु तआला अला सूर हर हर के ही मुहम्मद इबादत बसाब इबादत बहते ही ओके भैया, आप लोग जो है ना एग्जाम से ही चले जाना है, ठीक है भैया।